ਵੈੜਾ ਮੂੰਹ ਚੋਂ ਦੋਂਦਾ ਹੈ ਤੇ ਕਿੰਨੀ ਕੁ ਦੇਰ ਦਾ ਵਾਤਰੀ ਕੱਢਿਆ ਇਹਨੂੰ ਇਹਦੇ ਤੇ ਗੇਅਰ ਤੇ? ਇਹਨੂੰ ਜੀ ਤਕਰੀਬਨ 1.5 ਸਾਲ ਹੋ ਗਏ। ਅੱਛਾ, ਚੰਗੀ ਜੋੜੀ ਲੈਂਦਾ? ਬਿਹਤਰੀਨ ਆ, ਤੁਹਾਡੇ ਸਾਹਮਣੇ ਹੀ। ਅੱਛਾ, ਮਾਸ਼ਾਅੱਲਾ ਜੀ। ਤੇ ਇਹ ਸਾਡੇ ਨਾ ਪੁਰਾਣਿਆਂ ਵਕਤਾਂ ਦਾ ਸਾਡੇ ਕੋਲ ਹਾਂ ਕਾਰੋਬਾਰ ਚੱਲਦਾ ਪਿਆ। ਹਾਂ, ਤੇ ਅਸੀਂ ਇਹਦੇ ਉੱਤੇ ਇੱਕ ਵਾਰੀ ਪੈਸੇ ਲਾ ਦਈਏ, ਸਾਨੂੰ 5-7 ਸਾਲ ਇਹਦੇ ਉੱਤੇ ਪੈਸੇ ਨਹੀਂ ਲਾਣੇ ਪੈਂਦੇ। ਹਾਂ, ਇਹ ਵਾਧਾ ਇਹਦਾ। ਹਾਂ ਜੀ ਜੀ, ਇਹਦਾ ਬੜਾ ਫਾਇਦਾ ਜੀ। ਫਾਇਦਾ ਨਾ ਸਾਨੂੰ ਬਿਜਲੀ ਉਡੀਕਣੀ ਪੈਂਦੀ ਹੈ, ਨਾ ਸਾਨੂੰ ਤੇਲ ਉਡੀਕਣਾ ਪੈਂਦਾ ਹੈ। ਵਾਹ ਜੀ ਵਾਹ। ਹਾਂ ਜੀ, ਇਹ ਸਾਡੇ ਜਿਹੜੇ ਵਡੇਰੇ ਸੀ ਨਾ, ਹਾਂ ਹਾਂ, ਇਹ ਉਹਨਾਂ ਦੇ ਔਜ਼ਾਰ ਬਣਾਏ ਤੇ ਉਹਨਾਂ ਦਾ ਕਾਰੋਬਾਰ, ਤੇ ਫਿਰ ਅਸੀਂ ਵੀ ਉਸੇ ਹਿਸਾਬ ਨਾਲ। ਵਾਹ ਜੀ ਵਾਹ, ਸ਼ੇਰਾਂ ਦੀਆਂ ਮਾਰੀਆਂ ਗਿੱਦੜ ਖਾਂਦੇ ਜੀ। ਜੀ ਹਾਂ ਜੀ ਹਾਂ, ਕੀ ਬਾਤ। ਅਸੀਂ ਉਹਨਾਂ ਦੀਆਂ ਰਸਮਾਂ ਰਿਵਾਜ਼ਾਂ ਇਹ ਬੁਲਾਣੀਆਂ ਨਹੀਂ ਚਾਹੁੰਦੇ। ਹਾਂ, ਨਾਲੇ ਇਸ ਡੇਰੇ ਤੇ ਬਿਜਲੀ ਹੈ ਵੀ ਨਹੀਂ ਤੇ ਇਹ ਕੰਮ ਸੂਤ ਹੈ ਇੱਥੇ। ਹਾਂਜੀ ਹਾਂਜੀ, ਜੇ ਦੂਆ ਲਾਈਏ ਟੋਕਾ ਲੱਗਾ ਤਾਂ ਹੋਇਆ ਦੂਆ ਵੀ, ਤੇਲ ਵਾਲਾ ਵੀ, ਪਰ ਉਹਦੇ ਤੇਲ ਦਾ ਖਰਚਾ, ਉਹਦਾ ਤੇਲ ਦਾ ਖਰਚਾ ਵੀ ਬਹੁਤ, ਤੇਲ ਦੀ ਮੰਗਿਆਈ ਇੰਨੀ ਮੰਗਿਆਈ ਇੰਨੀ ਵੀ ਬੰਦਾ ਅਰਜੈਂਟ ਲੈ ਵੀ ਨਹੀਂ ਸਕਦਾ, ਨਹੀਂ ਲੈ ਸਕਦਾ। ਇੱਕ ਸਾਨੂੰ ਇਧਰੋਂ ਦੂਰ ਪੈ ਜਾਂਦਾ ਹੈ ਪੰਪ। ਹਾਂ, ਪੰਪ ਦੂਰ ਆ, ਨਾਲੇ ਯਾਰ ਵੈੜਾ ਪਲ ਜਾਂਦਾ ਹੈ। ਹਾਂ ਜੀ, ਸਾਡਾ ਇਹ ਹੁਣ ਅਸੀਂ ਲਿਆ ਸੀ 60-65 ਹਜ਼ਾਰ ਦਾ। ਹਾਂ, ਸਾਡਾ ਅੱਲਾ ਦੀ ਮਿਹਰਬਾਨੀ ਨਾਲ ਹੁਣ 2 ਲੱਖ ਦਾ। 2 ਲੱਖ ਦਾ, ਮਾਸ਼ਾਅੱਲਾ। ਇਹਨੂੰ ਹੁਣ ਦੇ ਕੇ ਅਸੀਂ ਫੇਰ ਹਟ ਕੇ ਤੇ ਕੁਰਬਾਨੀ ਤੇ ਇਹ ਦੇ ਕੇ ਤੇ ਦੁਬਾਰਾ ਫੇਰ ਰਹੇ। ਹਾਂ, ਸਾਨੂੰ ਜੀ ਇਹ ਬੜਾ ਫਾਇਦਾ ਇਹਨਾਂ ਦਾ। ਜੋੜੀ ਲੱਗ ਗਈ ਹੈ ਜੀ ਇਹਨੂੰ? ਹਾਂ ਜੀ, ਜੋੜੀ ਲੱਗ ਗਈ, ਆਪੇ ਤੁਰ ਪਿਆ, ਉਹਨੂੰ ਪਤਾ ਵੀ ਮੇਰਾ ਟਾਈਮ ਹੋ ਗਿਆ ਹੈ। ਵਾਹ ਜੀ, ਨਹੀਂ ਬੜਾ ਚੰਗੀ ਜੋੜੀ ਲੈਂਦਾ ਰਾ। ਜਿੱਦਣ ਚੜਾਉਣ ਆਵਾਂਗੇ ਨਾ, ਮੈਨੂੰ ਸਟਾਫਾ ਸਾਰਾ ਜੀ ਆਵਾਂਗੇ ਨਾਲ। ਪੁਰਾਣੇ ਬੰਦੇ ਹੇਠਲੀ ਉਤਲੀ ਕਰ ਦੇਣਗੇ ਉਹਦੇ ਨਾਲ, ਉੱਡ ਚਲੇ ਗਏ ਸਭ ਦੇ ਧੁਆਣੇ ਦੇਗਾ ਭਾਈ। ਅੱਛਾ, ਵਹਾਂ ਕਹੀ ਟਰੱਕ ਲੱਦਣਾ ਦਾ ਇਹਨਾਂ ਨੇ ਸਟਾਫ ਤੇ ਆਇਆ ਸਾਡਾ ਮਾਮਾ ਬਾਹਰੋਂ ਮੁਰੱਬੇ ਹੁਕਾ, ਉਹਦੇ ਹੱਥ ਦੇ ਵੀ ਕਿੰਨੇ ਕਿਹਾ ਖੜੇ ਉਹ ਵੀ ਕਿੱਥੋਂ ਆਉਂਦੇ ਘਰ ਰਹਿੰਦੇ ਸ਼ਾਹ ਤੋਂ, ਫਿਰ ਇੱਥੇ ਕੀ ਖੜੇ ਆ ਵੇਲੀ ਜਾਓ। ਵੇਲੀ ਗਏ ਜਨਾਬ, ਬੋਤਲਾਂ ਪਲਾਈਆਂ ਨੂੰ ਰੋਟੀ ਖਿਲਾ ਕਾ, ਫਿਰ ਦੁਆਣੇ ਵੀ 15-20 ਜਿਹੜੇ ਉਹਨਾਂ ਨੇ ਟਰੱਕ ਲੱਦਿਆ, ਇਹਨਾਂ ਕੇ ਟੂਲ ਪਰ ਲੱਦ ਦੀਏ। ਵਾਹ ਵਾਹ ਵਾਹ, ਹੈਂ ਇਹਨੇ ਕਿਹਾ ਤੁਸੀਂ ਰਹਿੰਦੇ ਸ਼ਾਹ ਤੇ, ਇਹਨੇ ਕਿਹਾ ਅਸੀਂ ਬੱਤੀ ਮਾਰ ਹਾਂ ਭੁੱਟ ਬੱਤੀਆਂ ਨੇ ਅਕਬਰ ਕੇ ਤੇ ਸਭ। ਅੱਛਾ, ਵਾਹ ਜੀ, ਨਹੀਂ ਨਹੀਂ ਉਹ ਦੀਦ ਵਾਲੇ ਬੰਦੇ ਬੱਲੇ ਬੱਲੇ ਇਸ ਢੱਗੇ ਦੀ ਖਾਸੀਅਤ ਆ ਜੀ, ਉਹ ਕਹਿੰਦਾ ਵੀ ਜਦੋਂ ਇਹਨੂੰ ਕਹਿਣਾ ਨਾ ਮੂੰਹ ਨਾਲ ਵੀ ਖਲੋ ਜਾ, ਇਹ ਖਲੋ ਜਾਂਦਾ। ਹੁਣ ਆ ਪੱਠੇ ਮੁੱਕਣ ਲੱਗੇ ਆ ਤੇ ਇਹ ਮੂੰਹ ਨਾਲ ਆਖੂਗਾ ਤੇ ਇਹਨੇ ਖਲੋ ਜਾਣਾ। ਵਾਹ ਜੀ ਵਾਹ, ਇਹੋ ਹੀ ਸਾਡੀਆਂ ਖੂਬੀਆਂ ਨੇ, ਸਾਡਿਆਂ ਵੱਡਿਆਂ ਨੇ ਨਾ ਸਾਨੂੰ ਇਹੋ ਹੀ ਸਨੀਅਤ ਕਰੀ ਸੀ ਵੀ ਤੁਸੀਂ ਇਹ ਜਾਨਵਰ ਨਹੀਂ ਗਵਾਉਣੇ। ਵਾਹ ਵਾਹ ਵਾਹ, ਹਾਂਜੀ ਵੇਖਿਆ ਨਾ, ਮੂੰਹ ਨਾਲ ਆਖਿਆ ਬਸ ਤੇ ਉਹ ਖਲੋ ਗਿਆ। ਹਾਂਜੀ, ਕਿਆ ਬਾਤ। ਹਾਲਾਂ ਹੁਣ ਆ ਗੱਡਾ ਹੈ, ਸੁਬਾ ਜੋੜ ਦਿਓ ਤੁਸੀਂ ਖਲੋਤਾ ਰਹੇ, ਸ਼ਾਮ ਤੀਕਾ ਜਿੱਥੇ ਖਲੋਤਾ ਹੈ ਇੱਥੇ। ਵਾਹ ਵਾਹ, ਨਹੀਂ ਡੰਗਰ ਨਾਲ ਪਿਆਰ ਹੋਵੇ ਨਾ, ਹਾਂਜੀ ਉਹ ਫਿਰ ਪਿਆਰ ਪੈ ਜਾਂਦਾ। ਫਿਰ ਸਾਨੂੰ ਉਡੀਕਣਾ ਨਹੀਂ ਪੈਂਦਾ, ਜੇ ਸਵੇਲੇ ਸੁਬਾ ਕੁਤਰੀਏ ਸ਼ਾਮ ਕੁਤਰੀਏ, ਬਿਜਲੀ ਦਾ ਨਾ ਤੇਲ ਦਾ ਸਾਨੂੰ ਫਿਕਰ ਹੀ। ਹਾਂ, ਜਦੋਂ ਦਿਲ ਕਰੇ ਜੋੜ ਲਓ, ਜਦੋਂ ਦਿਲ। ਵਾਹ ਜੀ ਵਾਹ, ਉਹ ਹੁਣ ਵੇਖ ਨਾ ਤੇਲ ਸਾੜਦੇ ਪਏ, ਹੈ ਤਾਂ ਉਹ ਵੀ ਟੋਕਾ ਹੀ ਆ। ਹਾਂਜੀ, ਅਸੀਂ ਵੀ ਆ ਵੇਖੋ ਪੁਰਾਣੇ ਔਜ਼ਾਰ ਅਸੀਂ ਤਿਆਰ ਕਰਾਉਂਦੇ ਹਾਂ ਕਾਰੀਗਰਾਂ ਨੂੰ ਨਾ। ਇਹ ਦਵਾ ਨਹੀਂ, ਇਹਨੂੰ ਵਿਖਾ।
ਵਾਹ ਇਹ ਚਮੜੇ ਦੇ ਆ ਚਮੜੇ ਦੇ ਵਾਹ ਜੀ ਵਾਹ ਇਹ ਖੋਪੇ ਆ ਜੀ ਚਮੜੇ ਦੇ ਇਹਨੂੰ ਖੋਲੇ ਨਾ ਮੈਂ ਇਹ ਜੀ ਹੁਣ ਸਾਨੂੰ ਦਿੰਦੇ ਨੇ 1000 ਰੁਪਏ ਦਾ ਇੱਕ ਅੱਛਾ ਆ ਵੇਖੋ ਜੀ ਸਾਰਾ ਚਮੜਾ ਲੱਗਾ ਹੈ ਹਾਂ ਜੀ ਕੀ ਬਾਤ ਇਹ ਅੱਖਾਂ ਦੇ ਅੱਖਾਂ ਨੂੰ ਇਹ ਵੀ ਪਸੀਨਾ ਨਹੀਂ ਆਉਂਦਾ ਜੀ ਇਹ ਆ ਜਾਂਦਾ ਪਸੀਨਾ ਦੇ ਨਾ ਜੀ ਹਾਂ ਇੱਕ ਖੋਪੇ ਹੁੰਦੇ ਸੀਗੇ ਉਹ ਪੈਰਾਸ਼ੂਟ ਦੇ ਆਹੋ ਉਹ ਪਸੀਨਾ ਆਉਂਦਾ ਹਾਂਜੀ ਇਹ ਚਮੜਾ ਇਹਦੇ ਚ ਪਸੀਨਾ ਨਹੀਂ ਆਉਂਦਾ ਹਾਂਜੀ ਅੱਖਾਂ ਬੱਚੀਆਂ ਰਹਿੰਦੀਆਂ ਟੱਗੇ ਦੀਆਂ ਬੜੀਆਂ ਸੋਹਣੀਆਂ ਰਹਿੰਦੀਆਂ ਸਾਨੂੰ ਪਰੇਸ਼ਾਨੀ ਨਹੀਂ ਰਹਿੰਦੀ ਤੇ ਇੱਕ ਜਦੋਂ ਹਾਲੀ ਕਰੀਏ ਸਾਨੂੰ ਦਿਹਾੜੀ ਕਰਨਾ ਪੈਂਦਾ ਉਹ ਕਿਆ ਜੀ ਹਾਂ ਨਹੀਂ ਤਾਂ ਬਾਅਦ ਵਿੱਚ ਇਹ ਫਿਰ ਸਾਨੂੰ ਦੁੱਖ ਹੀ ਦਿੰਦੇ ਆ ਦੁੱਖ ਨਹੀਂ ਦਿੰਦੇ ਗੱਲ 'ਚ ਟੱਲੀ ਪਈ ਹੈ ਹਾਂਜੀ ਰੀਲਾਂ ਪਾਈਆਂ ਪੁਰਾਣੇ ਵਕਤਾਂ ਡਾਲੀਆਂ ਅੱਛਾ ਉਹ ਤਾਂ ਮੜ ਜੀ ਤਾਂ ਕਰਕੇ ਦਿਖਾ ਦਾ ਚਾਚਾ ਕਾਸਮ ਬੜੀ ਮਿਹਰਬਾਨੀ ਉਹ ਮੈਂ ਵਿਖਾਵਾਂ ਵੀ ਉਹ ਵੇਖ ਉਹਨਾਂ ਨੇ ਜਗਾੜ ਲਾਇਆ ਹੈ ਇਹਨਾਂ ਦੇ ਇਸ ਡੇਰੇ ਤੇ ਬਿਜਲੀ ਹੈ ਨੀ ਜੀ ਇੱਕ ਬੰਦੇ ਨੇ ਲਾਇਆ ਹੋਇਆ ਗੇਅਰ ਢੱਗੇ ਵਾਲਾ ਤੇ ਬਾਕੀਆਂ ਨੇ ਆਹ ਜਗਾੜ ਲਾਇਆ ਹੈ ਹੀਟਰ ਲੱਗਾ ਦੇ ਤੇਰੇ ਦੀ ਲੈ ਤੇਰੇ ਦੀ ਜੁੜੇ ਆ ਕਮਾਦ ਕੁਤਰ ਰਹੇ।